सत श्रीकाल दोस्तों, की हाल चाल है यार। अज की वीडियो बहुत ही स्पैशल होने जा रही है, वीडियो एंड तक जरूर देखियो। अज एक परसनली हाथ जोड़ के रिक्वेस्ट कर जा रहे हैं, क्योंकि अज असी पहुंचे जी गिलका रोडियो से। अज ट्रैक्टर तो दिखावे दिखावे, बट ट्रैक्टर मॉडिफाई किदा किया जाता है, की एसेसरी लगती है, तो भाजी किदा तैयार करते हैं, पूरी पूरी की पूरी डिटेल दसांगे तुहानू। ट्रैक्टर देख सकते हो बैकसाइड से, तुसी एक खड़ा, दो खड़े, तीन खड़े, एक इधर देख सकते हो, चार, एक है बैकसाइड से थोड़ी जी नज़र मारो, पांच, तो एक पिछे खड़ा, छे। ये सारे ट्रैक्टर इतने मॉडिफाई, कुछ दो हो चुके हैं, कुछ हो रहे हैं, तो भाई अंदर काम करते पे, भाई दे नाल चलते हैं, मिलते हैं, तुहानू इत्थे दी वैरायटी भी सारी दिखाने हैं, तो किदा तैयार किया जाता है। आओ मेरे नाल चलते हैं, भाई ना करते हैं गलबात, तो वीडियो एंड तक देखते दे रहियो। बस फिर एक बार रिक्वेस्ट कर रहे हैं, भाजी खड़े ने साडे गिलका रोडियो ते, असीं आ गए हैं। भाजी सत श्री अकाल, की हाल चाल है? सत श्री अकाल जी, ठीक ठाक जी, तुसीं सुणाओ? ते भाजी सब तो पहले तो साडे दोस्तों नूं सारी जानकारी दिओ कि तुसीं इत्थे की काम करते हो, ट्रैक्टर का की पार्ट तुसीं आप तैयार कराउंदे हो, की काम बाहरों कराउंदे हो, सारा कुछ दसो डिटेल। भाजी मोस्टली सारा उदा ज्यादातर मॉडिफिकेशन दा आप ही करीदा है जी। ਸਾਰੀ ਮੋਡੀਫਿਕੇਸ਼ਨ ਆਪ ਹੀ ਕਰਦੇ ਹਾਂ ਜੀ। ਹਾਂ ਜੀ, ਪੇਂਟ ਜੋ ਨਹੀਂ, ਸਿਰਫ ਇੱਕ ਪੇਂਟ ਜੋ ਬਾਹਰੋਂ ਹੁੰਦਾ ਭਾਜੀ, ਉਹ ਵੀ ਤੁਸੀਂ ਕਰਾ ਦਿੰਦੇ ਹੋ? ਹਾਂ ਜੀ, ਕਰਵਾ ਦੇਈਦਾ ਜ਼ਰੂਰ। ਓਕੇ ਜੀ। ਤੇ ਭਾਜੀ ਇੱਧਰ ਮੈਂ ਦੇਖ ਰਿਹਾ, ਭਾਜੀ ਇੱਧਰ ਕੁਝ ਕਟਿੰਗ ਵਗੈਰਾ ਕਰ ਰਿਹਾ, ਕਿਸ ਚੀਜ਼ ਦੀ ਕਟਿੰਗ ਕਰ ਰਹੇ ਸਾਰੀ? ਭਾਜੀ ਬਾਕਸ ਰੈਡੀ ਹੋ ਰਿਹਾ ਜੀ, ਇਹ ਜਿਹੜੀਆਂ ਪੇਟੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਸਾਰਾ ਕੁਝ ਆਪੇ ਭਾਜੀ, ਸੀਲਿੰਗ ਵੀ ਸਾਰਾ ਕੁਝ। ਇਹ ਡਾਊਨ ਸੀਲਿੰਗ ਦਾ ਕੰਮ ਇਹ ਤੇ ਇਹ ਚੱਲ ਰਿਹਾ ਸਾਰਾ? ਹਾਂ ਜੀ, ਇਹ ਡਾਊਨ ਸੀਲਿੰਗ ਦਾ। ਤੇ ਇਹ ਭਾਜੀ ਸਾਰੇ ਸਪੀਕਰਸ ਔਰ ਸਬਵੂਫਰਸ? ਹਾਂ ਜੀ, ਹਾਂ ਜੀ, ਸਬਵੂਫਰ ਹਰ ਕੰਪਨੀ ਦਾ ਅਵੇਲੇਬਲ ਹੈ ਨੇ। ਬਾਕੀ ਸਾਡੇ ਕੋਲੇ ਡਿਸਪਲੇ ਕਰਨੇ ਲਈ ਨਹੀਂ ਆ, ਡਿਸਪਲੇ ਕਰਾਂਗੇ ਜਲਦੀ ਭਾਜੀ, ਥੋੜੀ ਦੇਰ ਦੇ ਅੰਦਰ ਅੰਦਰ। ਅੱਛਾ ਜੀ, ਬਹੁਤ ਵਧੀਆ ਜੀ। ਤੇ ਇਹ ਦੇਖ ਸਕਦੇ ਹੋ ਤੁਸੀਂ ਚੈਂਪੀਅਨ ਸੀਰੀਜ਼ 12 12 D4, 12 11 D4 ਜੋ ਅੱਜ ਕੱਲ੍ਹ ਮਿਲਦਾ ਵੀ ਨਹੀਂ। ਹਾਂਜੀ ਹਾਂਜੀ ਭਾਜੀ, ਇਹ ਤੁਸੀਂ ਨਵਾਂ ਲੈਣ ਜਾਓਗੇ ਪੈਸੇ ਚੱਕ ਕੇ ਤਾਂ ਵੀ ਨਹੀਂ ਮਿਲਣਾ। ਉਸ ਤੋਂ ਬਾਅਦ ਰੋਕਫੋਰਡ P2 ਵੀ? ਹਾਂਜੀ, P2 ਭਾਜੀ, ਭਾਜੀ ਇਹਦਾ ਪੰਜ ਤਾਂ ਲੱਗ ਹੀ ਹੈ, 12 ਘੰਟਾ ਭਾਜੀ। ਤੇ ਮਤਲਬ ਇਹ ਦਿਖਾਉਣ ਦਾ ਮਕਸਦ ਮੇਰਾ ਸਿਰਫ ਇੰਨਾ ਕੁ ਸੀਗਾ ਕਿ ਲਾਈਵ ਇੱਥੇ ਸਾਰਾ ਤੁਹਾਡੇ ਸਾਹਮਣੇ ਕੰਮ ਕੀਤਾ ਜਾਂਦਾ, ਤੁਸੀਂ ਟਰੈਕਟਰ ਖੜਾ ਕਰੋ, ਇੱਥੇ ਤੁਸੀਂ ਆਪ ਆਓ, ਕਿਉਂਕਿ ਟਰੈਕਟਰ ਨੂੰ ਤਿਆਰ ਕਰਨ 'ਚ 2 4 5 ਦਿਨ ਤਾਂ ਲੱਗ ਹੀ ਜਾਂਦੇ ਨੇ। ਹਾਂਜੀ ਹਾਂਜੀ, ਤੁਸੀਂ ਭਾਵੇਂ ਰੋਜ਼ ਵਿਜ਼ਿਟ ਕਰੋ ਤੇ ਦੇਖੋ ਆਪਣੇ ਟਰੈਕਟਰ ਨੂੰ ਕੀ ਕੰਮ ਹੋ ਰਿਹਾ। ਬਿਲਕੁਲ ਬਿਲਕੁਲ, ਤੁਹਾਡੇ ਤੋਂ ਹਿਡਨ ਕੰਮ ਨਹੀਂ ਕੀਤਾ ਜਾਊਗਾ, ਇਹ ਨਹੀਂ ਕਿ ਭਾਜੀ ਤੁਸੀਂ ਜਾਓ ਤੇ ਆਪੇ ਕੰਮ ਹੋ ਜਾਏਗਾ, ਇਦਾਂ ਦਾ ਨਹੀਂ। ਤੁਹਾਡੇ ਸਾਹਮਣੇ ਜੋ ਤੁਹਾਨੂੰ ਦੱਸਿਆ ਜਾਏਗਾ, ਜਿਸ ਚੀਜ਼ ਦੇ ਪੈਸੇ ਤੁਹਾਡੇ ਤੋਂ ਲਿੱਤੇ ਜਾਣਗੇ, ਉਹ ਸਮਾਨ ਲੱਗੇਗਾ। ਹਾਂਜੀ 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 ਭਾਜੀ, ਬਿਲਕੁਲ ਠੀਕ ਹੈ ਨਾ ਭਾਜੀ। ਭਾਜੀ ਅਲਟੀਨੇਟਰ ਦਾ ਕੰਮ ਵੀ ਸਾਰਾ ਤੁਸੀਂ? ਟੋਟਲੀ ਸਾਰਾ, ਬੰਪਰ ਦਾ ਵੀ ਸਾਰਾ ਤੁਸੀਂ? ਬੰਪਰ ਦਾ ਵੀ ਸਾਰਾ, ਤੇ ਟਰੈਕਟਰ ਜਿਹੜਾ ਪੂਰਾ ਮੋਡੀਫਾਈ ਭਾਜੀ ਖੁਦ ਕਰਕੇ ਦਿੰਦੇ ਆ। ਇੱਕ ਮਹਿੰਦਰਾ ਖੜਾ ਤਿਆਰ, ਉਹ ਵੀ ਤੁਹਾਨੂੰ ਦਿਖਾਣਾ ਵਾ, ਉਹਦੇ 'ਚ ਸਿਸਟਮ ਲੱਗਿਆ, 4 ਸਬਵੂਫਰ ਲੱਗੇ ਭਾਜੀ, ਹਾਂਜੀ ਭਾਜੀ 4 ਸਬਵੂਫਰ, ਡਾਊਨ ਸੀਲਿੰਗ ਵੀ ਤਿਆਰ ਹੈ ਸਾਰੀ, ਡਾਊਨ ਸੀਲਿੰਗ ਵੀ ਰੈਡੀ ਹੈ ਤੇ ਆਓ ਚੱਲਦੇ ਆ ਟਰੈਕਟਰ ਵੱਲ, ਤੁਹਾਨੂੂੰ ਦਿਖਾਣਾ ਜ਼ਰਾ ਉਹਦੀ ਡਿਟੇਲ ਵੀ। ਉਸ ਤੋਂ ਪਹਿਲੇ ਥੋੜੀ ਜੀ ਜਿਹੜਾ ਓਵਲ ਦੇ ਉੱਤੇ ਆਪਾਂ ਨਜ਼ਰ ਮਾਰਦੇ ਆ, ਰੋਕਫੋਰਡ MTX ਬਲੋਪੰਕ ਰੋਕਫੋਰਡ ਪਾਇਨੀਅਰ, ਤੇ ਪਾਇਨੀਅਰ ਚੈਂਪੀਅਨ ਸੀਰੀਜ਼ ਵੀ ਅਵੇਲੇਬਲ ਹੈ। ਹੈ ਭਾਜੀ, ਭਾਜੀ ਸਾਰੇ ਆਈ ਜਾਂਦੇ ਆ, ਮੁੰਡੇ ਲੈ ਕੇ ਆਈ ਜਾਂਦੇ ਆ। ਆਹ ਦੇਖੋ ਜੀ, ਇਹ ਡੱਬੇ ਆ ਗਏ ਜੀ, ਹੋਰ ਆ ਗਏ ਡੱਬੇ, ਪੋਕੋਡੀਓ ਤੇ ਕੰਮ ਜਿਹੜਾ ਮਤਲਬ ਸਾਰੇ ਹੀ ਔਨ ਦਾ ਵੇ ਹੀ ਹੈ, ਸਾਰਾ ਚੱਲੀ ਜਾਂਦਾ। ਉਹ ਦੇਖੋ ਜੀ JBL ਸਾਰਾ ਕੁਝ ਪਿਆ ਭਾਜੀ, ਕਿਕਰ ਅਲਪਾਈਨ ਸਭ ਕੁਝ। ਵੀਰੇ ਕੀ ਕੀ ਲੈ ਕੇ ਆਇਆ, ਮੜਾ ਜਿਹਾ ਦਿਖਾ ਦੇ ਜਰਾ ਉੱਪਰ ਇਧਰ, ਪੋਕੋਡੀਓ ਦੇ ਕੱਢ ਕੇ। ਆਹ ਦੇਖੋ ਜੀ, ਪੋਕੋਡੀਓ ਆ ਗਿਆ ਜੀ, ਲਓ ਜੀ ਆ ਵੀ ਦਿਖਾ ਪਾਇਨੀਅਰ, ਆ ਚੈੱਕ ਕਰੋ ਜੀ, ਪੋਕ ਆਡੀਓ ਪਾਇਨੀਅਰ 500 ਵਾਟ ਭਾਜੀ, ਪਾਇਨੀਅਰ 500 ਵਾਟ, ਸਾਰੇ ਸਾਰੇ ਅਵੇਲੇਬਲ ਹੋਊਗੇ ਭਾਜੀ, ਮਤਲਬ 71-50F ਜਿਹੜਾ ਮਾਡਲ ਆਂਦਾ ਜੀ ਜੀ ਜੀ, ਤੇ ਸਾਰੇ ਹੀ ਇੱਥੇ ਅਵੇਲੇਬਲ ਹੈ, ਬਹੁਤ ਸਾਰੀ ਵੈਰਾਈਟੀ ਹੈ, JBL ਵੀ ਜ਼ਬਰਦਸਤ ਹੈ ਜੀ, ਆ JBL ਵੀ ਆ ਗਿਆ ਜੀ, ਦੇਖੋ ਮਤਲਬ ਵੈਰਾਈਟੀ। ਤੁਸੀਂ ਮੂੰਹ ਦੱਸਣੀ ਕਿ ਤੁਸੀਂ ਕਿੰਨੇ ਪੈਸੇ ਖਰਚਣਾ ਚਾਹੁੰਦੇ ਹੋ, ਕਿੱਦਾਂ ਦੀ ਕੁਆਲਿਟੀ ਲਗਾਉਣਾ ਚਾਹੁੰਦੇ ਹੋ, ਸਾਰੀ ਇੱਥੇ ਅਵੇਲੇਬਲ ਮਿਲੇਗੀ। ਮਤਲਬ ਬੈਸਟ ਮੋਡੀਫਿਕੇਸ਼ਨ ਸ਼ਾਪ ਮੈਂ ਗਿਲਕਾਰ ਆਡੀਓ ਕਹਿ ਸਕਦਾ, ਹੈ ਨਾ ਭਾਜੀ ਜੀ? ਭਾਜੀ ਸਾਰਾ ਕੁਝ, ਲਓ ਜੀ ਆ ਗਿਆ ਜੀ JBL, ਬਾਕੀ ਕਸਟਮਰ ਡਿਮਾਂਡ ਆ ਭਾਜੀ, ਚੈੱਕ ਕਰੋ ਜੀ JBL। ਤੇ ਭਾਜੀ ਟਰੈਕਟਰ ਵੱਲ ਚਲੀਏ ਜ਼ਰਾ? ਹਾਂਜੀ ਹਾਂਜੀ, ਚਲੋ ਆਓ ਜੀ, ਇਹ ਵੈਰਾਈਟੀ ਤਾਂ ਮੁੱਕਣੀ ਨਹੀਂ, ਆਪਾਂ ਟਰੈਕਟਰ ਵੱਲ ਚਲਦੇ ਹਾਂ, ਮੂਵਨ ਹੁੰਦੇ ਹਾਂ। ਭਾਜੀ ਦਾ ਐਕਚੁਅਲੀ ਜਿਹੜਾ ਸਾਰਾ ਕੰਮ ਹੈ ਨਾ, ਗਡਾਊਨ ਬੇਸ ਤੇ ਹੈ, ਇਹ ਨਹੀਂ ਕਿ ਸ਼ੋਰੂਮ ਪਾਇਆ ਤੇ ਸ਼ੋਰੂਮ ਦੇ ਖਰਚੇ ਤੁਹਾਡੇ ਤੇ ਪਾਨੇ ਪਏ ਆ, ਸ਼ੋਰੂਮ ਦੇ ਖਰਚੇ ਤੁਹਾਡੇ ਤੇ ਨਹੀਂ ਪੈ ਰਹੇ, ਠੀਕ ਹੈ ਨਾ ਜੀ? ਤੇ ਆਓ ਟਰੈਕਟਰ ਵੱਲ ਚਲਦੇ ਆ। ਤੇ ਇਹ ਖੜਾ ਮਹਿੰਦਰਾ ਭਾਜੀ, 2275 DI। ਸਭ ਤੋਂ ਪਹਿਲਾਂ ਤਾਂ ਇਹਨੂੰ ਸਮੋਕੀ ਟੇਪ ਨਾਲ ਭਾਜੀ ਕੀਤਾ ਗਿਆ ਸਮੋਕ, ਹੈ ਨਾ, ਬਹੁਤ ਸੋਹਣਾ ਲੱਗ ਰਿਹਾ। ਉਸ ਤੋਂ ਬਾਅਦ ਮੈਂ ਦਿਖਾਉਣਾ ਚਾਹੁੰਦਾ ਸਾਊਂਡ ਸਿਸਟਮ ਬਾਰੇ, ਪਾਸੇ ਆਉਂਦੇ ਹਾਂ ਸਿੱਧਾ ਤੇ ਸਿੱਧਾ ਹੀ ਜਰਾ। 4 ਲੱਗੇ ਪਾਇਨੀਅਰ ਦੇ, ਤੁਸੀਂ ਓਵਲ ਦੇਖ ਸਕਦੇ ਹੋ। ਉਸ ਤੋਂ ਬਾਅਦ 4 ਲੱਗੇ 12 11 D4, ਜਿਨ੍ਹਾਂ ਦੀ ਮੈਂ ਹੁਣੇ ਗੱਲ ਕਰ ਹੀ ਰਿਹਾ ਸੀ ਕਿ ਇਹਨਾਂ ਦੀ ਜਿਹੜੀ ਬੇਸ ਹੈ, ਇਹਨਾਂ ਦੀ ਜਿਹੜੀ ਪੰਚ ਪਾਵਰ ਹੈ, ਬਹੁਤ ਵਧੀਆ ਭਾਜੀ, ਬਹੁਤ ਸੋਹਣਾ ਹੈ ਭਾਜੀ। ਭਾਜੀ ਤੁਸੀਂ ਕੀ ਰეკਮੈਂਡ ਕਰਦੇ ਹੋ, 12 11 12 12? ਭਾਜੀ 12 11 ਦਾ ਅਲੱਗ ਟੇਸਟ ਆ, 12 12 ਦਾ ਅਲੱਗ ਟੇਸਟ, ਅਲੱਗ ਟੇਸਟ। ਹਾਂਜੀ ਹਾਂਜੀ ਬਿਲਕੁਲ। ਤੇ ਇਹ ਪੁਰਾਣਾ ਮਤਲਬ ਓਲਡ ਸਕੂਲ ਕਹਿ ਸਕਦਾ ਹੁਣ, ਕਿਉਂਕਿ ਬੰਦ ਹੋ ਗਿਆ ਕੰਪਨੀ ਵਾਲਾ, ਬਿਲਕੁਲ ਭਾਜੀ। ਤੇ ਬਹੁਤ ਵਧੀਆ, ਤੇ ਸੈਂਟਰ 'ਚ ਘੋੜਾ ਦੇਖ ਸਕਦੇ ਹੋ ਤੁਸੀਂ, ਫਰੰਟ ਸਾਈਡ 'ਤੇ ਜਿਹੜਾ ਫਰੇਮ ਤਿਆਰ ਕੀਤਾ ਗਿਆ ਉਹ ਚੈੱਕ ਕਰ ਸਕਦੇ ਹੋ, ਬਹੁਤ ਹੀ ਯੂਨੀਕ ਅਤੇ ਬਹੁਤ ਹੀ ਸੋਹਣਾ।
फ्रंट साइड का काम जिहड़ा कीता बहुत सोहना भाजी भाजी जिहड़ी पाइप लाइटिंग की है ना ये फ्रेम का जिहड़ा नवा दौर चल गया यह नवा एक अच्छा सैटअप देखने मिलता बिल्कुल बिल्कुल नहीं तो पहला सीधा ही सबवूफर लग जाते सीधे हूँ फ्रेम के नाल वधिया लगन लग पाया आओ थोड़ा जिहा अगे आओ भाजी होर जानकारी सानू दिओ इहदे च भाजी जिहड़ी वायरिंग यूज की जाती किन्ने गेज की जाती है ये भाजी 10 mm प्योर कोपर दे विच कीती प्योर कोपर दे विच प्योर कोपर दे विच भाजी कोपर च करन दा फायदा की है साडे दोस्तां नूं थोड़ा दसो क्योंकि असीं दिखा दित्ते सिस्टम बहुत वारी पर ब्रीकी च नॉलेज नहीं करी आपां दित्ती जानी लोंग टाइम सदाबहार चीज है भाजी ओ ऐ नहीं हैगा पे अलमीनियम हाफ कोपर ओ चीज नहीं है प्योर कोपर होगी ओ थोड़ी कॉस्टली जरूर पैंदी कोपर दी वायरिंग बट की हुंदा है कि वायरिंग तुहाडी खराब नहीं हुंदी वायरिंग तुहाडी जल्दी सड़दी नहीं है और वायरिंग तुहाडी सिस्टम लाउणा उन्ने टाइम ही चलूगी इदां नहीं पे खराब हो जूगी जां कुछ अदरवाइज कोई मतलब कहंदा कि तुहाडा ना सबवूफर खराब करूगी ना तुहाडा एम्प खराब करूगी साड़ूगी नहीं किसी चीज़ नूं वधिया काम करूगी इस करके कहीं तुहानूं मैं कहिंदा हुंदा कि जिहड़ी चीज़ दे पैसे दिंदे हुंदे हो ना जिथे भी जाने हो मैं नहीं कहिंदा कि तुसीं गिलकार ऑडियो ते ही आओ सिर्फ होर किते कराओ ही ना कई बार तुसीं दूर हो इत्थे नहीं आ सकते भाजी कोलों राय ले लिया करो एक फोन नंबर नीचे फ्लैश हो रहा पुछ लिया करो कि भाजी इहनूं की यूज़ कर सकते आपां अपने एरिए ते आ बिल्कुल भाजी आओगे जी सदके तुहानू काम वधिया ही मिलेगा बट सलाह फ्री दी है सलाह दे कोई पैसे नहीं बिल्कुल तो जरूर करया करो इस तो बाद मैं भाई ने ना एक तारीफ हर ट्रैक्टर च करता हुंना मैनू बड़ी वधिया लगती है कि साइड तो ना पेटी खाली भी छड्डी जा सकती है हाँ जी बट भाजी भाजी ये जे आपां कहीए कल्ला साइड पोर्शन इन्ना कि जिद्दां तुसीं मॉडिफाई किया थोड़ा जिहा डिजाइन देता इहदे च किन्ने क पैसे लग जांदे आ ਭਾਜੀ ਪੈਸੇ ਹਰੇਕ ਚੀਜ਼ ਦਾ ਅਲੱਗ ਅਲੱਗ ਪਰ ਫਿਰ ਵੀ ਇਹ ਚੀਜ਼ ਜਿਹੜੀ ਆਪਾਂ ਤਿਆਰ ਕੀਤੀ ਹੈ ਸਾਈਡ ਦਾ ਸਿਰਫ ਸਾਈਡ ਦਾ ਭਾਜੀ ਇੰਨਾ ਕੁ 2000 ਰੁਪਈਏ ਕੋਸਟ ਇਹ ਆਪਾਂ 2000 ਪਿੱਛੇ ਨਾ ਮਤਲਬ ਇਹ ਦੇ ਕਿ ਕਈ ਵਾਰੀ ਲੁੱਕ ਖਰਾਬ ਕਰ ਲੈਂਦੇ ਹਾਂ ਕਿ ਇੱਥੋਂ ਨਹੀਂ ਕਰਾਉਂਦੇ ਪਲੇਨ ਕਰਾਉਂਦੇ ਭਾਜੀ ਨੇ ਇਹ ਨਹੀਂ ਚੱਕਰ ਕਿ 2000 ਰੁਪਇਆ ਲੱਗ ਗਿਆ ਪਰ ਲੁੱਕ ਚੈੱਕ ਕਰੋ ਜਦੋਂ ਸਾਈਡ ਤੋਂ ਵੀ ਟਰੈਕਟਰ ਜਾਂਦਾ ਹੈ ਨਾ ਤਾਂ ਲੋਕੀ ਖੜ ਕੇ ਦੇਖਦੇ ਆ ਹਾਂਜੀ 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 ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਬਰੀਕੀਆਂ ਹੁੰਦੀਆਂ ਨੇ ਜਿਹਦੇ ਵਿੱਚ ਚੀਜ਼ ਨੂੰ ਇੱਕ ਵਧੀਆ ਮੋਡ ਕਰ ਦਿੱਤਾ ਜਾਂਦਾ ਬਹੁਤ ਅੱਛੀ ਮੋਡੀਫਿਕੇਸ਼ਨ ਪਾਰਟ ਹੈ ਇਹ ਦੇਖੋ ਜੀ ਤੁਸੀਂ ਰਨ ਹੋ ਰਹੀ ਹੈ ਮੈਟ੍ਰਿਕਸ ਦੇ ਵਿੱਚ ਅੱਛੀ ਹੈ ਜਿੱਦਾਂ ਇੰਡੀਕੇਟਰ ਦੇ ਨਾਲ ਹੈ ਨਾ ਹਾਂਜੀ ਹਾਂਜੀ ਭਾਜੀ ਮਤਲਬ ਇੰਡੀਕੇਟਰ ਇੱਥੋਂ ਵੀ ਨਜ਼ਰ ਆਊਗੀ ਤੁਹਾਨੂੰ ਬਲਿੰਕ ਹੁੰਦੀ ਅਤੇ ਇੱਥੋਂ ਵੀ ਨਜ਼ਰ ਆਊਗੀ ਇਹ ਬਹੁਤ ਹੀ ਸੋਹਣੇ ਪਾਰਟ ਅਤੇ ਛੋਟੇ ਜਿਹੜੇ ਇਹ ਹਰ ਟਰੈਕਟਰ 'ਚ ਭਾਜੀ ਕਰਦੇ ਆ ਮੈਨੂੰ ਇਸ ਕਰਕੇ ਭਾਜੀ ਦਾ ਕੰਮ ਬਹੁਤ ਵਧੀਆ ਲੱਗਦਾ ਕਿ ਸਾਈਡ ਤੋਂ ਵੀ ਜਿਹੜਾ ਭਾਜੀ ਟਰੈਕਟਰ ਤਿਆਰ ਕਰਦੇ ਆ ਬਹੁਤ ਹੀ ਸੋਹਣਾ ਕਰਦੇ ਆ ਇਸ ਤੋਂ ਬਾਅਦ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਜਿਹੜੀ ਐਂਪ ਦੀ ਫਿਟਮੈਂਟ ਹੈ ਉਹ ਵੀ ਪੂਰੀ ਕੀਤੀ ਗਈ ਹੈ ਭਾਜੀ ਐਂਪ ਕਿਹੜੇ ਕਿਹੜੇ ਲੱਗੇ ਆ ਉਹਨੂੰ ਐਂਪ ਭਾਜੀ ਦੋ ਸ਼ਿਕਾਗੋ ਦੇ 999 ਤੇ ਇੱਕ ਸਾਊਂਡ ਬਲਾਸਟ ਦਾ ਭਾਜੀ 4 ਚੈਨਲ 4 ਚੈਨਲ ਇੱਕ ਲੱਗਾ ਤੇ ਦੋ ਲੱਗੇ ਆ ਉਹਨੂੰ 999 ਸ਼ਿਕਾਗੋ ਦੇ ਮਤਲਬ ਇੱਕ ਐਂਪ ਤੇ ਮੈਂ ਕਹਾਂ ਤੇ ਦੋ ਸਬਵੂਫਰ ਰਨ ਹੋ ਰਹੇ ਆ ਬਿਲਕੁਲ ਪ੍ਰੋਪਰ ਸਪਲਾਈ ਦਿੱਤੀ ਗਈ ਹੈ ਜੇ ਧੱਕਾ ਕਰਨਾ ਚਾਹੀਏ ਤਾਂ 3 ਵੀ ਚਲਾ ਦਈਏ ਪਰ ਉਹਦਾ ਕੋਈ ਫਾਇਦਾ ਨਹੀਂ ਨਾ ਤਾਂ ਉਹਨਾਂ ਦਾ ਬੇਸ ਨਿਕਲੇਗਾ ਵਧੀਆ ਨਾ ਉਹਨਾਂ ਦੀ ਪੀਕ ਪਾਵਰ ਵਧੀਆ ਨਿਕਲੂਗੀ ਕਿਉਂਕਿ ਜਿੰਨੀ ਤੁਸੀਂ ਬੈਕ ਸਾਈਡ ਤੋਂ ਉਹਨਾਂ ਨੂੰ ਪਾਵਰ ਦਿਓਗੇ ਉਹਨਾਂ ਹੀ ਅੱਗੇ ਵੂਫਰ ਜਿਹੜੇ ਆ ਉਹ ਰਨ ਹੋਣਗੇ ਬਿਲਕੁਲ ਭਾਜੀ ਤੇ ਸਾਰੀ ਨੌਲੇਜ ਤੁਹਾਨੂੰ ਮੋਡੀਫਾਈਡ ਕਲੱਬ ਤੇ ਦਿੱਤੀ ਜਾਂਦੀ ਹੈ ਤੁਸੀਂ ਜਿੰਨਾ ਪਿਆਰ ਦਿੰਦੇ ਹੋ ਸਿਰਫ ਤੁਹਾਡੇ ਕਰਕੇ ਸਾਰੀਆਂ ਵੀਡੀਓਜ਼ ਆਉਂਦੀਆਂ ਨੇ ਤੇ ਤੁਸੀਂ ਬੈਕ ਸਾਈਡ ਤੇ ਫਰੇਮ ਪੂਰਾ ਚੈੱਕ ਕਰ ਸਕਦੇ ਹੋ ਜ਼ਬਰਦਸਤ ਤਿਆਰ ਹੈ ਇੱਕ 4 ਚੈਨਲ ਲੱਗਿਆ ਜਿਹਦੇ ਤੇ ਸਾਰੇ ਦੇ ਸਾਰੇ ਜਿਹੜੇ ਸਪੀਕਰਸ ਹੈ ਓਵਲ ਹੈ 4 ਓਵਲ ਲੱਗੇ ਭਾਜੀ ਇਹਨੂੰ 2 ਰਾਊਂਡ ਸਪੀਕਰ ਲੱਗੇ ਹਾਂਜੀ ਹਾਂਜੀ ਭਾਜੀ 6 ਸਪੀਕਰ ਜਿਹੜੇ ਆ ਉਹ ਇੱਥੇ ਹੀ ਰਨ ਹੋ ਰਹੇ ਆ 4 ਚੈਨਲ ਤੇ ਇੱਕ ਬਹੁਤ ਹੈ 4 ਚੈਨਲ ਹੈ ਨਾ ਭਾਜੀ ਭਾਜੀ ਬਹੁਤ ਹੈ ਜੀ ਤੇ ਜਿਹੜੀ ਬੈਕ ਸਾਈਡ ਤੋਂ ਪੇਟੀ ਤੁਹਾਨੂੰ ਸਾਰੀ ਦਿਖਾ ਦਿੱਤੀ ਗਈ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਇੱਕ ਵਾਰੀ ਡਾਊਨ ਸੀਲਿੰਗ ਕਿਉਂਕਿ ਡਾਊਨ ਸੀਲਿੰਗ ਜਿਹੜੀ ਹੈ ਇਹਨੂੰ ਉਹ ਵੀ ਬਹੁਤ ਸੋਹਣੀ ਤਿਆਰ ਕੀਤੀ ਗਈ ਹੈ ਉਹ ਤਿਆਰ ਕੀਤੀ ਗਈ ਹੈ ਮਲਟੀ ਕਲਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਲੈਕ ਹੈ ਵਾਈਟ ਹੈ ਔਰ ਬਲੂ ਕਲਰ ਦੀ ਪਾਈਪ ਲਾਈਟ ਹੈ ਜਿਹੜੀ ਕੀਤੀ ਗਈ ਯੂਜ਼ ਸੈਂਟਰ 'ਚ ਫੋਟੋ ਲੱਗੀ ਹੈ ਔਰ AK-47 ਬਣਾਈਆਂ ਗਈਆਂ ਅਤੇ ਘੈਂਟ ਮਤਲਬ ਪੂਰੀ ਓਕੇ ਰਿਪੋਰਟ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਅੱਜ ਦੇ ਟ੍ਰੈਂਡ ਦੇ ਹਿਸਾਬ ਨਾਲ ਪੂਰੀ ਤਿਆਰ ਕੀਤੀ ਗਈ ਹੈ ਅਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਕਿ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਅਤੇ ਫਰੰਟ ਸਾਈਡ 'ਤੇ ਜਿਹੜੀ ਲੱਗੀ ਹੈ ਭਾਜੀ LED ਸਕਰੀਨ ਲੱਗੀ ਹੈ ਛੋਟੀ ਵਾਲੀ ਭਾਜੀ ਮਲਟੀ ਕਲਰ 'ਚ ਹਾਂਜੀ ਭਾਜੀ P8 ਲੱਗੀ ਹੈ ਭਾਜੀ P8 ਲੱਗੀ ਹੈ ਅਤੇ ਭਾਜੀ ਉੱਪਰ ਲੱਗੀ ਹੈ ਹਮਰ ਲਾਈਟਸ ਅਤੇ ਇਹ ਸੀਗੀ ਸਾਰੀ ਡਾਊਨ ਸੀਲਿੰਗ ਦਾ ਵਰਕ ਅਤੇ ਟਰੈਕਟਰ ਜਿਹੜਾ ਵੈ ਉਹ ਹਜੇ ਕੰਮ ਚੱਲੀ ਜਾਂਦਾ ਜੀ ਭਾਜੀ ਹਲੋ ਬਹੁਤ ਕੁਛ ਇਹਨੂੰ ਹਜੇ ਹੋਣ ਵਾਲਾ ਮੈਂ ਅੱਜ ਅਚਾਨਕ ਆਇਆ ਅਤੇ ਭਾਜੀ ਨਾਲ ਮੁਲਾਕਾਤ ਹੋਈ ਅਤੇ ਭਾਜੀ ਕੰਮ 'ਚ ਲੱਗੇ ਸੀ ਤਾਂ ਮੇਰਾ ਦਿਲ ਕੀਤਾ ਕਿ ਯਾਰ ਤੁਹਾਨੂੰ ਦਿਖਾਇਆ ਵੀ ਜਾਵੇ ਥੋੜ੍ਹਾ ਜਿਹਾ ਕਿ ਇਹ ਨਹੀਂ ਹੈ ਕਿ ਕੰਮ ਬਾਹਰੋਂ ਕੀਤੇ ਜਾਂਦੇ ਆ ਟਰੈਕਟਰ ਇੱਥੇ ਖੜ੍ਹੇ ਆ ਅਤੇ ਕੰਮ ਆਪਣੇ ਹੱਥੀਂ ਸਾਰੇ ਕੀਤੇ ਜਾਂਦੇ ਆ ਲਾਈਵ ਤੁਹਾਡੇ ਸਾਹਮਣੇ ਕੀਤੇ ਜਾਣਗੇ ਤੁਸੀਂ ਡੇਲੀ ਆਓ ਆਪਣਾ ਟਰੈਕਟਰ ਖੜ੍ਹਾ ਅਤੇ ਰੋਜ਼ ਦੇਖੋ ਆ ਕੇ ਕਿ ਤੁਹਾਡੇ ਟਰੈਕਟਰ ਨੂੰ ਕੀ ਅਪਡੇਟ ਹੋ ਰਿਹਾ ਭਾਜੀ ਸਭ ਤੋਂ ਪਹਿਲੇ ਆਪਣਾ ਫੋਨ ਨੰਬਰ ਅਤੇ ਐਡਰੈਸ ਦੱਸ ਦਿਓ ਭਾਜੀ ਫੋਨ ਨੰਬਰ ਹੈਗਾ 8872590445 ਅਤੇ ਐਡਰੈਸ ਹੈਗਾ ਆਪਣਾ ਭਾਜੀ BPO ਸੜੋਆ ਜੀ BPO ਸੜੋਆ ਤੁਸੀਂ ਆਉਣਾ ਭਾਜੀ ਦਾ ਫੋਨ ਨੰਬਰ ਨੀਚੇ ਫਲੈਸ਼ ਵੀ ਹੋ ਰਿਹਾ ਤੁਸੀਂ ਕਾਲ ਕਰੋ ਭਾਜੀ ਨੂੰ ਸਲਾਹ ਲਓ ਔਰ ਅਪਾਇੰਟਮੈਂਟ ਲੈ ਕੇ ਟਰੈਕਟਰ ਛੱਡ ਜਾਓ ਆਪਣਾ ਤੁਹਾਨੂੰ ਮਤਲਬ ਬਹੁਤ ਵਧੀਆ ਤਿਆਰ ਕੀਤਾ ਜਾਏਗਾ 100% ਰਿਵਿਊ ਹੈ ਭਾਜੀ ਦਾ ਮਤਲਬ ਮੈਂ ਜਿਨ੍ਹਾਂ ਨਾਲ ਵੀ ਗੱਲ ਕਰਦਾ ਭਾਜੀ ਵਾਕਈ ਸਾਰੇ ਇੱਕੋ ਹੀ ਗੱਲ ਕਹਿੰਦੇ ਆ ਕਿ ਟਰੈਕਟਰ ਬਹੁਤ ਸੋਹਣੇ ਤਿਆਰ ਕੀਤੇ ਜਾਂਦੇ ਔਰ ਜਾਇਜ਼ ਰੇਟ ਦੇ ਵਿੱਚ ਕੀਤੇ ਜਾਂਦੇ ਆ ਅਤੇ ਹੁਣ ਆਪਾਂ ਜਾਂਦੇ ਜਾਂਦੇ ਤੁਹਾਨੂੰ ਇਹਨਾਂ ਦਾ ਮਿਊਜ਼ਿਕ ਸਿਸਟਮ ਵੀ ਸੁਣਾਉਂਦੇ ਹਾਂ NCS ਦਾ ਮਿਊਜ਼ਿਕ ਇੱਥੇ ਜ਼ਰੂਰ ਇੰਜੋਏ ਕਰੀਓ ਪੰਜਾਬੀ ਗਾਣਾ ਸੁਣਨ ਲਈ ਤੁਸੀਂ ਸਾਡੀ ਇੰਸਟਾਗ੍ਰਾਮ ਆਈਡੀ ਨੂੰ ਫੋਲੋ ਕਰੋ modified_club2020 ਉੱਥੇ ਤੁਹਾਨੂੰ ਪੰਜਾਬੀ ਗਾਣਾ ਵੀ ਇਹਦਾ ਸੁਣਾਵਾਂਗੇ ਅਤੇ ਪਿਆਰ ਤੁਸੀਂ ਇੱਦਾਂ ਹੀ ਦੇਣਾ ਜਿੱਦਾਂ YouTube ਤੇ ਦੇ ਰਹੇ ਹੋ ਇੱਦਾਂ ਹੀ ਜਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰੋ ਹੁਣ ਸੁਣਾਉਂਦੇ ਹਾਂ ਤੁਹਾਨੂੰ NCS ਦਾ ਮਿਊਜ਼ਿਕ ਜਾਂਦੇ ਜਾਂਦੇ ਸੁਣ ਕੇ ਜਾਈਓ
तो पंजाबी गाना इंस्टाग्राम आई डी का सुनना ना भूलना। प्यार जरूर दियो, प्यार की उम्मीद थोड़ी रहेगी। 45 दिन चैलेंज चल रहा, बैक टू बैक वीडियोज़ आ रही ने, प्यार तुम देंदे रहना, वीडियो असं लैके आते रहेंगे। मिलते हैं कल नवी वीडियो के नाल। थैंक यू सो मच, लव यू ऑल, टेक केयर, गुड बाय।